ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਲੁਧਿਆਣੇ। ਲੁਧਿਆਣੇ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਔਰ ਲੁਧਿਆਣਾ ਪੁਲਿਸ ਨੂੰ ਮਿਲੀ ਹੈ ਬਹੁਤ ਵੱਡੀ ਕਾਮਯਾਬੀ। 3.5 ਕਰੋੜ ਦੀ ਪਕੜੀ ਹੈ ਜੀ ਉਹਨਾਂ ਨੇ ਹੈਰੋਇਨ, 3.5 ਕਰੋੜ ਦੀ। ਕੀ ਹੈ ਪੂਰੀ ਖਬਰ, ਕਿੱਥੋਂ ਪਕੜੀ ਹੈ, ਪੂਰੀ ਡਿਟੇਲ ਵਿੱਚ ਜਾਣਕਾਰੀ ਦੇਣ ਲਈ ਮੇਰੇ ਨਾਲ ਪ੍ਰਦੀਪ ਭੰਡਾਰੀ ਜੀ ਲੁਧਿਆਣੇ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਭੰਡਾਰੀ ਸਾਹਿਬ, ਇਸ ਖਬਰ ਨੂੰ ਲੈ ਕੇ ਹੋਰ ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ ਸਹੋਤਾ ਜੀ, ਲੁਧਿਆਣਾ STF ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਅਲੱਗ ਅਲੱਗ ਮਾਮਲਿਆਂ ਵਿੱਚ 705 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਜਿਹੜੀ ਹਾਸਲ ਕੀਤੀ ਹੈ ਜੀ। ਇਸ ਸੰਬੰਧੀ ਜਿਹੜੀ ਜਾਣਕਾਰੀ ਦਿੰਦੇ ਆ STF ਜਿਹੜੇ ਇੰਚਾਰਜ ਸੀਗੇ, ਉਹਨਾਂ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ 2 ਸਕੇ ਭਰਾ ਜੋ ਕਿ ਨਿਊ ਕੁਲਦੀਪ ਨਗਰ ਦੇ ਰਹਿਣ ਵਾਲੇ ਸੀਗੇ, ਉਹਨਾਂ ਨੂੰ ਸ਼ਿਵ ਮੰਦਿਰ ਕੋਲੋਂ ਜਿਹੜੀ ਨਾਕਾਬੰਦੀ ਦੌਰਾਨ ਐਕਟਿਵਾ ਦੀ ਡਿੱਗੀ ਵਿੱਚ ਲੁਕੋਈ ਹੋਈ 205 ਗ੍ਰਾਮ ਹੈਰੋਇਨ ਜਿਹੜੀ ਕਿ ਫੜੀ ਸੀਗੀ ਤੇ ਥਾਣਾ ਬਸਤੀ ਯੋਧਿਆਲੇ 'ਚ ਉਹਨਾਂ ਦੇ ਖਿਲਾਫ਼ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਜੀ। ਤੇ ਦੂਸਰੇ ਹੀ ਇਸੇ ਤਰ੍ਹਾਂ ਦੇ ਦੂਸਰੇ ਮਾਮਲੇ ਦੇ ਵਿੱਚ ਮੁਖਬਰੀ ਦੇ ਆਧਾਰ ਤੇ ਜਲੰਧਰ ਬਾਈਪਾਸ ਤੇ ਬੱਸ ਵਿੱਚੋਂ ਜਿਹੜੀ ਜਿਹੜੀ ਉੱਤਰ ਕੇ ਜਿਹੜੀ ਉਹ ਅੰਮ੍ਰਿਤਸਰ ਤੋਂ ਲੁਧਿਆਣਾ ਸਪਲਾਈ ਦੇ ਨਾਰੇ 2 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 500 ਗ੍ਰਾਮ ਜਿਹੜੀ ਹੈਰੋਇਨ ਇਹ ਬਰਾਮਦ ਕੀਤੀ ਹੈ ਜੀ। ਟੋਟਲ ਜਿਹੜੀ ਹੈਗੀ ਹੈ ਜੀ 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 ਕੈਰੀ ਓਨ ਸਰ, ਟੋਟਲ ਜਿਹੜੀ ਹੈਗੀ 705 ਗ੍ਰਾਮ ਜਿਹੜੀ ਇਹ ਹੈਰੋਇਨ ਜਿਹੜੀ ਹੁਣ ਤੱਕ ਜਿਹੜੀ ਕਾਬੂ ਕੀਤੀ ਹੈ ਜੀ STF ਪੁਲਿਸ ਨੇ। ਭੰਡਾਰੀ ਸਾਹਿਬ, ਪ੍ਰਸ਼ਨ ਇੱਥੇ ਇਹ ਹੈ ਕਿ ਇਹ ਹੈਰੋਇਨ ਕਿੱਥੋਂ ਆਈ ਤੇ ਕਿੱਥੇ ਜਾਣੀ ਸੀ, ਕੁਛ ਇਹੋ ਜਿਹਾ ਮਤਲਬ ਆਇਆ ਸਾਹਮਣੇ? ਜੀ, ਹਰਬੰਸ ਸਿੰਘ ਨੇ ਇਸ ਸੰਬੰਧੀ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਇਹੀ ਕਿਹਾ ਵੀ ਇਹ ਪੁਲਿਸ ਜਿਹੜੀ ਹੈਗੀ STF ਪੁਲਿਸ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਜਿਹੜੀ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਪਤਾ ਲਗਾਏਗੀ ਵੀ ਇਹ ਇੰਨੀ ਮਾਤਰਾ ਦੇ ਵਿੱਚ ਜਿਹੜੀ ਸੀਗੀ ਹੈਰੋਇਨ ਕਿੱਥੋਂ ਲੈ ਕੇ ਆਉਂਦੇ ਸੀ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੀ ਸੀਗੀ ਤੇ ਰਿਮਾਂਡ ਦੌਰਾਨ ਜਿਹੜੀ ਇਹ ਪੁੱਛਗਿੱਛ ਕਰਨਗੇ ਤੇ ਉਹਦੇ ਦਰਮਿਆਨ ਜਿਹੜੇ ਹੋਰ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਜਾ ਸਕਦੇ ਆ ਜੀ। ਔਰ ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ? ਜੀ ਬਿਲਕੁਲ, SDF ਦੇ ਜਿਹੜੇ ਇੰਚਾਰਜ ਨੇ ਲੁਧਿਆਣਾ ਦੇ ਸਰਦਾਰ ਹਰਬੰਸ ਸਿੰਘ, ਉਹਨਾਂ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੇ ਇਹ ਨਸ਼ਾ ਤਸਕਰਾਂ ਦੀ ਜਿਹੜੀ ਬੈਲਟ ਹੈ ਇਸ ਨੂੰ ਬਿਲਕੁਲ ਤੋੜ ਦਿੱਤਾ ਜਾਵੇਗਾ। ਜਿਹੜੀ ਇਹਨਾਂ ਦੀ ਪਾਈਪਲਾਈਨ ਉਹਨਾਂ ਨੂੰ ਵੀ ਤੋੜਨ ਦੇ ਵਿੱਚ ਕਾਫੀ ਮਿਹਨਤ ਕਰ ਰਹੀ ਹੈ SDF ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਜੋ ਕਿਹਾ ਵੀ ਉਹ ਵੀ ਮਾਣਯੋਗ ਅਦਾਲਤ ਵਿੱਚ ਇਹਨਾਂ ਨੇ ਆਰੋਪੀਆਂ ਨੂੰ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਆਪ ਜੀ ਨੂੰ ਦੱਸ ਦਿੱਤੇ ਜਾਣਗੇ। ਬਹੁਤ ਬਹੁਤ ਮਿਹਰਬਾਨੀ ਭੰਡਾਰੀ ਸਾਹਿਬ, ਤੁਸੀਂ ਸਾਨੂੰ ਪੂਰੀ ਅਪਡੇਟ ਦਿੱਤੀ ਆ। ਔਰ ਭੰਡਾਰੀ ਸਾਹਿਬ ਨੇ SDF ਦੇ ਇੰਚਾਰਜ ਨਾਲ ਵੀ ਗੱਲਬਾਤ ਕੀਤੀ ਆ, ਕੀ ਗੱਲਬਾਤ ਕੀਤੀ ਆ ਤੁਸੀਂ ਸੁਣ ਸਕਦੇ ਹੋ। ਸਾਡੀ SDF ਲੁਧਿਆਣਾ ਯੂਨਿਟ ਦੀ ਟੀਮ ਨੇ ਕੱਲ੍ਹ ਥਾਣਾ ਸਲੇਮ ਟਾਪਰੀ ਅਤੇ ਥਾਣਾ ਬਸਤੀ ਯੋਧੇਵਾਲ ਵਿੱਚ 2 ਵੱਖ ਵੱਖ ਮੁਕੱਦਮੇ NDPS ਐਕਟ ਦੇ ਮੁਖਬਰੀ ਦੇ ਆਧਾਰ 'ਤੇ ਦਰਜ ਕਰਾ ਕੇ 4 ਆਰੋਪੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਪਾਸੋਂ 705 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ। ਪਹਿਲੇ ਮੁਕੱਦਮੇ ਦੇ ਵਿੱਚ ਅਸੀਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ, ਉਹ ਦੋਵੇਂ ਸਕੇ ਭਰਾ ਨੇ ਅਤੇ ਲੁਧਿਆਣੇ ਦੇ ਰਹਿਣ ਵਾਲੇ ਨੇ। ਅਤੇ ਦੂਜੇ ਮੁਕੱਦਮੇ ਦੇ ਵਿੱਚ ਦੋਵੇਂ ਦੋਸਤ ਨੇ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ, ਇਹਨਾਂ ਦੇ ਪਾਸੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ। ਅੱਜ ਅਸੀਂ 4 ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਰਹੇ ਹਾਂ। ਇਹ ਪਤਾ ਲਗਾਵਾਂਗੇ ਕਿ ਇਹ ਆਰੋਪੀ ਇਹ ਇੰਨੀ ਭਾਰੀ ਮਾਤਰਾ ਦੇ ਵਿੱਚ ਬਰਾਮਦ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਅਤੇ ਲੁਧਿਆਣੇ ਦੇ ਵਿੱਚ ਇਹਨਾਂ ਨੇ ਕਿਹੜੇ ਕਿਹੜੇ ਗਾਹਕਾਂ ਨੂੰ ਸਪਲਾਈ ਕਰਨੀ ਸੀ। ਸਰ, ਕਿੰਨੀ ਕੁ ਦੇਰ ਤੋਂ ਕੰਮ ਕਰਦੇ ਆ ਰਹੇ ਸੀ ਆਰੋਪੀ? ਇਹ 2 ਆਰੋਪੀ ਜਿਹੜੇ ਲੁਧਿਆਣੇ ਦੇ ਨੇ ਇਹ ਕਰੀਬ 2 ਸਾਲ ਤੋਂ ਅਤੇ ਅੰਮ੍ਰਿਤਸਰ ਵਾਲੇ ਕਰੀਬ 3-4 ਸਾਲ ਤੋਂ ਕੰਮ ਕਰਦੇ ਨੇ। ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ? ਜਿਹੜਾ ਇੱਕ ਆਰੋਪੀ ਅਮਿਤ ਕੁਮਾਰ ਆ ਲੁਧਿਆਣੇ ਦਾ ਰਹਿਣ ਵਾਲਾ, ਇਹਦੇ ਵਰਖਲਾਫ 4 ਮੁਕੱਦਮੇ ਪਹਿਲਾਂ ਵੀ ਦਰਜ ਨੇ ਅਤੇ ਦੂਜਿਆਂ ਦੇ ਅਸੀਂ ਰਿਕਾਰਡ ਪੜਤਾਲ ਅਜੇ ਪਤਾ ਕਰਾ ਰਹੇ ਹਾਂ। ਤੇ ਖੁਦ ਵੀ ਨਸ਼ਾ ਕਰਨ ਦੇ ਆਦੀ ਨੇ? ਜਿਹੜੇ 2 ਆਰੋਪੀ ਖੁਦ ਨਸ਼ਾ ਕਰਦੇ ਨੇ ਅਤੇ 2 ਨਹੀਂ ਕਰਦੇ। ਸੋ ਦੋਸਤੋ, ਇੱਕ ਵਾਰੀ ਫਿਰ ਦੱਸਦੇ ਹਾਂ ਕਿ ਲੁਧਿਆਣਾ SDF ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਔਰ ਉਹਨਾਂ ਨੇ 3.5 ਕਰੋੜ ਦੀ ਹੈਰੋਇਨ ਜਿਹੜੀ ਹੈ ਉਹ ਤਸਕਰਾਂ ਦੇ ਕੋਲੋਂ ਬਰਾਮਦ ਕੀਤੀ ਹੈ। ਹੁਣ ਪੁੱਛਗਿੱਛ ਲਈ ਮਤਲਬ ਰਿਮਾਂਡ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਲੋਕ ਕਿੱਥੋਂ ਲੈ ਕੇ ਆਏ ਸੀ ਔਰ ਇਹ ਹੈਰੋਇਨ ਇਹਨਾਂ ਨੇ ਕਿੱਥੇ ਪਹੁੰਚਾਉਣੀ ਸੀ। ਇਸ 'ਤੇ ਨਜ਼ਰ ਰੱਖੀ ਹੋਈ ਹੈ ਜੀ। ਜੋ ਵੀ ਖਬਰ ਆਏਗੀ ਆਪ ਸਭ ਦੇ ਰੂਬਰੂ ਕੀਤੀ ਜਾਏਗੀ। ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ।